ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਹਾਂ ਜੀ ਨਵੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜੋ ਕਿ ਜਾਰੀ ਕੀਤਾ ਗਿਆ ਹੈ ਪੀਜੀਆਈ ਚੰਡੀਗੜ੍ਹ ਸਰਕਾਰੀ ਹਸਪੀਟਲ ਵੱਲੋਂ ਸੋ ਮੁੰਡੇ ਅਤੇ ਕੁੜੀਆਂ ਕਰ ਸਕਦੇ ਹਨ ਅਪਲਾਈ ਬਹੁਤ ਵਧੀਆ ਸੈਲਰੀ ਪੈਕੇਜ ਰਹਿਣਗੇ ਸੈਲਰੀ 50000 ਤੋਂ ਲੈ ਕੇ 125000 ਤੱਕ ਰਹਿਣ ਵਾਲੀ ਆ ਸੋ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣੇ ਨੇ ਸੋ ਲੈ ਕੇ ਚੱਲਦੇ ਆ ਜੀ ਹੁਣ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੇ ਦਿਨੇ ਆ ਡਿਟੇਲ ਵਿੱਚ ਜਾਣਕਾਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਪਹੁੰਚ ਗਏ ਆ ਵੈਕੈਂਸੀ ਨੋਟਿਸ ਆ ਜੀ ਨੋਟਿਸ ਜਾਰੀ ਕੀਤਾ ਗਿਆ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਯਾਨੀ ਕਿ ਪੀਜੀਆਈ ਵੱਲੋਂ ਠੀਕ ਹੈ ਜੀ ਸੈਕਟਰ 12 ਚੰਡੀਗੜ੍ਹ ਸੋ ਕਿਹੜੀਆਂ ਕਿਹੜੀਆਂ ਪੋਸਟਾਂ ਡਿਟੇਲ ਵਾਈਜ਼ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ ਸੋ ਨੰਬਰ 1 ਤੇ ਜਿਹੜੀ ਪੋਸਟ ਕੱਢੀ ਗਈ ਆ ਉਹ ਆ ਜੀ ਪ੍ਰੋਜੈਕਟ ਕੋਆਰਡੀਨੇਟਰ ਐਸੈਂਸ਼ੀਅਲ ਕੁਆਲੀਫਿਕੇਸ਼ਨ ਹੈ ਐਜੂਕੇਸ਼ਨ ਪੀ ਐਚ ਡੀ ਇਨ ਹੈਲਥ ਇਕਨੋਮਿਕਸ ਕਮਿਊਨਿਟੀ ਮੈਡੀਸਨ 2 ਸਾਲ ਦਾ ਐਕਸਪੀਰੀਅੰਸ ਠੀਕ ਹੈ ਜੀ ਐਟ ਲੀਸਟ 5 ਪਬਲਿਕੇਸ਼ਨਸ ਇਨ ਦਾ ਇੰਡੈਕਸਡ ਜਰਨਲਸ ਇਨ ਦਾ ਫੀਲਡ ਆਫ ਹੈਲਥ ਇਕਨੋਮਿਕਸ ਠੀਕ ਹੈ ਜੀ ਸੋ ਇੱਕ ਪੋਸਟ ਹੈ ਜੀ ਇਹਦੀ ਸੈਲਰੀ ਰਹਿਣ ਵਾਲੀ ਹੈ 1 ਲੱਖ 25 ਹਜ਼ਾਰ ਰੁਪਇਆ ਸੋ ਵਾਧਦੇ ਆ ਜੀ 2 ਨੰਬਰ ਪੋਸਟ ਵੱਲ ਹਾਂਜੀ 2 ਨੰਬਰ ਤੇ ਜਿਹੜੀ ਪੋਸਟ ਆ ਜੀ ਸੀਨੀਅਰ ਰਿਸਰਚ ਫੈਲੋ 에ਸੈਂਸ਼ੀਅਲ ਕੁਆਲਿਫਿਕੇਸ਼ਨ ਆ ਜੀ ਪੀ ਐਚ ਡੀ ਇਨ ਸਟੈਟਿਸਟਿਕਸ ਐਕਸਪੀਰੀਅੰਸ 2 ਸਾਲ ਦਾ ਮੰਗਿਆਗਾ ਠੀਕ ਆ ਜੀ ਤੇ ਇੱਕ ਪੋਸਟ ਆ ਜੀ ਇਹ ਵੀ ਤੇ ਸੈਲਰੀ ਰਹਿਣ ਵਾਲੀ ਆ 85000 ਰੁਪਏ ਠੀਕ ਆ ਜੀ ਸੋ ਵਾਧਦੇ ਆ ਆਪਾਂ 3 ਨੰਬਰ ਪੋਸਟ ਵੱਲ ਹਾਂਜੀ 3 ਨੰਬਰ ਤੇ ਜਿਹੜੀ ਪੋਸਟ ਆ ਰਿਸਰਚ ਫੈਲੋ ਦੀ ਪੋਸਟ ਐਜੂਕੇਸ਼ਨ ਇਨ ਐਮ ਬੀ ਬੀ ਐਸ ਬੀ ਡੀ ਐਸ ਇਕਲੂਐਂਟ ਡਿਗਰੀ ਐਂਡ ਮਾਸਟਰਸ ਡਿਗਰੀ ਇਨ ਪਬਲਿਕ ਹੈਲਥ ਹੈਲਥ ਮੈਨੇਜਮੈਂਟ 2 ਸਾਲ ਦਾ ਐਕਸਪੀਰੀਅੰਸ ਇਨ ਫੀਲਡ ਆਫ ਹੈਲਥ ਇਕਨੋਮਿਕਸ ਠੀਕ ਹੈ ਜੀ ਇਹਦੀ ਵੀ ਇੱਕ ਪੋਸਟ ਹੈ ਤੇ 60000 ਰੁਪਏ ਇਹਦੀ ਸੈਲਰੀ ਰਹਿਣ ਵਾਲੀ ਹੈ ਸੋ ਬਾਦਿਆਂ ਜੀ ਨੈਕਸਟ ਪੋਸਟ ਵੱਲ ਸੋ ਉਸ ਤੋਂ ਬਾਅਦ ਪੋਸਟ ਆ ਗਈ ਜੀ ਰਿਸਰਚ ਅਸਿਸਟੈਂਟ ਦੀ ਅਸੈਂਸ਼ੀਅਲ ਕੁਆਲਿਫਿਕੇਸ਼ਨ ਮੰਗੀ ਹੈ ਜੀ ਐਮਬੀਬੀਐਸ ਬੀਡੀਐਸ ਠੀਕ ਹੈ ਜੀ ਮਾਸਟਰਸ ਡਿਗਰੀ ਇਨ ਪਬਲਿਕ ਹੈਲਥ ਠੀਕ ਹੈ ਜੀ ਇਹ ਵੀ ਇੱਕ ਪੋਸਟ ਹੈ ਤੇ 50000 ਰੁਪਏ ਇਹਨਾਂ ਦੀ ਸੈਲਰੀ ਰਹਿਣ ਵਾਲੀ ਹੈ ਠੀਕ ਟੂ ਅਪਲਾਈ ਇੰਟਰਸਟਿਡ ਕੈਂਡੀਡੇਟ ਨੇ ਜਿਹੜੇ ਉਹ ਆ ਇਹਨਾਂ ਨੇ ਲਿੰਕ ਦਿੱਤਾ ਹੋਇਆ ਵਾ ਇਸ ਲਿੰਕ ਤੇ ਵਿਜ਼ਿਟ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਆ ਲਾਸਟ ਡੇਟ ਆ ਜੀ 8 ਜੂਨ 5 ਵਜੇ ਤੱਕ ਠੀਕ ਹੈ ਜੀ ਸੋ ਆਨਲਾਈਨ ਐਗਜ਼ਾਮ ਹੋਵੇਗਾ ਇਸ ਜੋਬ ਲਈ ਤੁਹਾਡਾ 10 ਜੂਨ 2022 ਨੂੰ ਸਵੇਰੇ 10 ਵਜੇ ਤੇ 9 ਜੂਨ ਤੱਕ ਤੁਹਾਨੂੰ ਦੱਸ ਦਿੱਤਾ ਜਾਵੇਗਾ ਠੀਕ ਹੈ ਜੀ ਸੋ ਤੇ 11 ਜੂਨ ਨੂੰ ਇੰਟਰਵਿਊ ਸ਼ਡਿਊਲ ਹੋਵੇਗਾ ਠੀਕ ਹੈ ਜੀ ਸੋ ਵੈਨਿਊ ਰਹੇਗਾ ਜੀ ਕਮੇਟੀ ਰੂਮ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਕਲ ਐਂਡ ਸਕੂਲ ਆਫ ਪਬਲਿਕ ਹੈਲਥ ਪਜੀਆ ਸੈਕਟਰ 12 ਚੰਡੀਗੜ੍ਹ ਸੋ ਇਸ ਲਿੰਕ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਹ ਪੀਡੀਐਫ ਆ ਜਿਹੜੀ ਮੈਂ ਟੈਲੀਗ੍ਰam ਆਪਣੇ ਚੈਨਲ ਤੇ ਅਪਲੋਡ ਕਰ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਸ ਲਿੰਕ ਨੂੰ ਕਾਪੀ ਕਰਕੇ ਅਪਲਾਈ ਕਰ ਸਕਦੇ ਹੋ ਬਾਕੀ ਇਹ ਲਿੰਕ ਮੈਂ ਬੋਲ ਵੀ ਦਿਨਾ ਕਿ www.healtheconomics.pgisph.in/sphrecruitment ਠੀਕ ਹੈ ਜੀ ਸੋ ਇਸ ਲਿੰਕ ਤੇ ਤੁਸੀਂ ਜਾਣਾ ਹੋਵੇਗਾ ਬਾਕੀ ਵੀਡੀਓ ਪਾਉਜ਼ ਕਰਕੇ ਲਿੰਕ ਇਹ ਦੇਖ ਕੇ ਤੁਸੀਂ Google ਤੇ ਸਰਚ ਕਰ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ एलिजिਬਲ ਕੈਂਡੀਡੇਟ ਅਪਲਾਈ ਜ਼ਰੂਰ ਕਰਿਓ ਸੈਲਰੀ ਪੈਕੇਜ ਬਹੁਤ ਵਧੀਆ ਨੇ ਸੋ ਉਮੀਦ ਕਰਦੇ ਹਾਂ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਮੈਡੀਕਲ ਫੀਲਡ ਨਰਸਿੰਗ ਫੀਲਡ ਨਾਲ ਜੁੜੀ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ